ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਡੇਰਾ ਬਾਬਾ ਨਾਨਕ 'ਚ ਕਾਂਗਰਸ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ। ਕਾਂਗਰਸੀ ਵਰਕਰਾਂ 'ਚ ਦਿਖਾਈ ਦਿੱਤਾ ਭਾਰੀ ਜੋਸ਼। ਸੁਖਜਿੰਦਰ ਸਿੰਘ ਰੰਧਾਵਾ ਉਦੇ ਵੀਰ ਸਿੰਘ ਰੰਧਾਵਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਵਰਕਰਾਂ ਦਾ ਜੋਸ਼ ਵੇਖ ਹੋਈ ਖੁਸ਼ੀ 'ਚ ਬਾਗੋ ਬਾਗ ਖੁਸ਼ੀ 'ਚ ਬਾਗੋ ਬਾਗ ਦਿਖਾਈ ਦਿੱਤੇ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਦੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਹੀ ਬਾਕੀ ਹੈ। ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਕਾਂਗਰਸ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਤੱਕ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਹਲਕੇ ਦੇ ਨੌਜਵਾਨ ਜੋ ਕਿ ਮੋਟਰਸਾਈਕਲ, ਗੱਡੀਆਂ ਅਤੇ ਹੋਰਨਾਂ ਵਹੀਕਲਾਂ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਜ਼ਬਰਦਸਤ ਉਹਨਾਂ ਵੱਲੋਂ ਕਾਂਗਰਸ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਅਤੇ ਇਹ ਵਰਕਰ ਡੇਰਾ ਬਾਬਾ ਨਾਨਕ ਤੋਂ ਕਾਫਲੇ ਦੇ ਰੂਪ ਵਿੱਚ ਕਲਾਨੌਰ ਪਹੁੰਚੇ, ਜਿੱਥੇ ਕਿ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਵਰਿੰਦਰਮੀਤ ਸਿੰਘ ਪਾੜਾ ਅਤੇ ਹੋਰ ਸਮੁੱਚੀ ਮਾਝਾ ਬ੍ਰਿਗੇਡ ਉੱਥੇ ਮੌਜੂਦ ਸੀ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਹੀ ਬਾਕੀ ਹੈ। ਜਿਸ ਕਦਰ ਵਰਕਰ ਜੋਸ਼ ਦਿਖਾ ਰਹੇ ਹਨ, ਉਹਨਾਂ ਨੇ ਕਿਹਾ ਕਿ ਉਹ ਸਾਰੇ ਹੀ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦੇ ਹਨ ਜੋ ਵੱਡੀ ਗਿਣਤੀ ਵਿੱਚ ਅੱਜ ਇਸ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਹਨ। ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਜਿਹੜਾ ਰੋਡ ਸ਼ੋਅ ਹੋ ਰਿਹਾ, ਇਹ ਗੁਰੂ ਨਾਨਕ ਦੇਵ ਦੀ ਅਪਾਰ ਕਿਰਪਾ, ਬਾਬਾ ਬੁੱਢਾ ਸਾਹਿਬ ਦੀ ਔਰ ਲੋਕਾਂ ਦਾ ਪਿਆਰ ਔਰ ਲੋਕਾਂ ਦਾ ਸਤਿਕਾਰ ਜਿਹੜਾ ਉਹਦੇ ਨਾਲ ਜਿੱਤ ਸਾਡੀ ਪੱਕੀ ਆ, ਐਲਾਨ ਹੋਣਾ ਬਾਕੀ ਆ। ਇਹਦੇ ਪਿੱਛੇ ਹਕੂਮ ਆ ਰਿਹਾ, ਇਹ ਡੇਰਾ ਬਾਬਾ ਨਾਨਕ ਜੀ ਦਾ ਇੱਕ ਹੜ ਜਿਹੜਾ ਉਹ ਆ ਰਿਹਾ ਅੰਮ੍ਰਿਤਸਰ ਤੇ 23 ਤਰੀਕ ਨੂੰ ਐਲਾਨ ਜਿੱਤਣਾ ਹੋਏਗਾ ਬਾਕੀ ਲੋਕਾਂ ਨੇ ਅੱਜ ਜਿੱਤਦੇ। ਜੀ ਅੱਜ ਵੱਡੀ ਗਿਣਤੀ 'ਚ ਜਿਹੜੇ ਨੌਜਵਾਨ ਕਾਂਗਰਸੀ ਵਰਕਰ, ਬਜ਼ੁਰਗ ਅਤੇ ਬੀਬੀਆਂ ਜਿਹੜੀਆਂ ਨੇ ਅੱਜ ਰੋਡ ਸ਼ੋਅ 'ਚ ਇੱਥੇ ਹੋਈਆਂ, ਚੋਣ ਪ੍ਰਚਾਰ ਨੂੰ ਵੀ ਅੱਜ ਆਖਰੀ ਦਿਨ ਆ, ਕਿਸ ਤਰ੍ਹਾਂ ਦਾ ਸਾਰੇ ਮਾਹੌਲ ਦੇਖਦੇ? ਦੇਖੋ ਜੀ, ਹਫ਼ਤੇ ਪਹਿਲਾਂ ਜਿਹੜਾ ਪਿੰਡਾਂ 'ਚ ਚੋਣ ਸੀਗੇ ਉਹ ਮੁੱਕ ਗਏ ਸੀਗੇ। ਸਾਡੇ 'ਤੇ ਇਕੱਲੇ ਰੰਧਾਵਾ ਸਾਹਿਬ ਨੇ, ਅਸੀਂ ਤਿੰਨਾਂ ਪਰਿਵਾਰ ਜਿੰਨਾ ਸੀਗਾ ਅਸੀਂ ਪਿੰਡ ਕੱਢੇ, ਲੀਡਰਸ਼ਿਪ ਦੀ ਨਹੀਂ ਲੋੜ ਪਈ ਅਤੇ ਅੱਜ ਜਿਹੜਾ ਅਖੀਰਲੇ ਜਿਹੜਾ ਘੰਟੇ ਰਹਿ ਗਏ ਉਹਨਾਂ 'ਚ ਆਪਣਾ ਇੱਥੇ ਵਿਖਾਉਣਾ ਕਿ ਕਾਂਗਰਸ ਪਾਰਟੀ ਡੇਰਾ ਬਾਬਾ ਨਾਨਕ 'ਚ ਚੀਜ਼ ਕੀ ਹੈ। ਕਾਂਗਰਸ ਦੀ ਜਿਹੜੀ ਅਕਾਲੀ ਦਲ ਦੀ ਹਮਾਇਤ ਹੈ ਆਮ ਨੂੰ, ਉਹਨੂੰ ਕਿੱਦਾਂ ਦੇਖਦੇ ਹੋ, ਉਹਦੇ ਨਾਲ ਕੀ ਫਰਕ? 31 ਮੈਂਬਰੀ ਕਮੇਟੀ ਜਿਹਨੂੰ ਮਰਜ਼ੀ ਹਮਾਇਤ ਕਰੀ ਜਾਵੇ, 31 ਮੈਂਬਰਾਂ ਨੇ ਵੋਟਾਂ ਪਾਉਣੀਆਂ ਹੋਣੀਆਂ, ਵੋਟਰ ਨੇ ਆਪਣੀ ਮਰਜ਼ੀ ਨਾਲ ਵੋਟ ਪਾਉਣੀ ਹੋਣੀ, ਕਦੀ ਮੈਂਬਰਾਂ ਮੁੰਬਰਾਂ ਦੀ ਕਮੇਟੀਆਂ ਬਣਾ ਬਣਾ ਕੇ ਨਹੀਂ ਵੋਟਾਂ ਪੈਦੀਆਂ। ਅੱਜ ਜਿਹੜਾ ਆਖਰੀ ਦਿਨ ਆ, ਇਸ ਵਿੱਚ ਰਾਤ ਜਿਹੜੀ ਕਾਫੀ ਕ੍ਰੂਸ਼ਲ ਹੁੰਦੀ, ਦੂਜੇ ਪਾਸੇ ਸਰਕਾਰ ਆ, ਇਸ ਦਾ ਕੋਈ ਹੈਗਾ ਵਾ ਵੀ ਰਾਤ ਬਾਜੀ ਇੱਧਰ ਉੱਧਰ ਹੋ ਸਕਦੀ? ਅਸੀਂ ਵੀ ਪਹਿਰੇ 'ਤੇ ਬੈਠੇ ਹੋਵਾਂਗੇ, ਉਹ ਪੁਲਿਸ ਵਾਲਿਆਂ ਨੂੰ ਬਿਠਾਉਣਗੇ, ਉਹ ਅਫਸਰਾਂ ਨੂੰ ਬਿਠਾਉਣਗੇ, ਇੱਥੇ ਰੰਧਾਵਾ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਆਪ ਪਹਿਰੇ 'ਤੇ ਹੋਣਗੇ, ਵੇਖ ਲੈਣੇ ਜਿਹੜੇ ਅਫਸਰਾਂ ਕੋਲੋਂ ਜਿਹੜੇ ਮੰਤਰੀਆਂ ਕੋਲੋਂ ਜਿੰਨਾ ਜ਼ੋਰ ਲੱਗਦਾ ਇੱਥੇ ਵੇਖ ਲਾਂਗੇ ਕਿੰਨਾ ਕੁ ਲਾ ਸਕਦੇ। ਰਿਜ਼ਲਟ ਕਿਸ ਤਰ੍ਹਾਂ ਦਾ? ਰਿਜ਼ਲਟ ਕਦੀ ਕਾਂਗਰਸ ਪਾਰਟੀ ਵੱਲੋਂ ਜਾਂ ਰੰਧਾਵਾ ਸਾਹਿਬ ਵੱਲੋਂ ਜਾਂ ਐਤਕਿ ਮੈਡਮ ਵੱਲੋਂ ਇੱਥੋਂ ਦੇ ਹਲਕੇ ਵਾਸੀਆਂ ਨੇ ਮੁੱਖ ਮੋੜਿਆ ਹੀ ਨਹੀਂਗਾ ਤੇ ਰਿਜ਼ਲਟ ਪੁਰਾਣਾ ਹੀ ਰਹੂਗਾ। ਅੱਜ ਰੋਡ ਸ਼ੋਅ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਭਤੀਜੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਯੂਥ ਆਗੂ ਵੀ ਰਹੇ ਨੇ, ਪਹਿਲਾਂ ਦੀਪਿੰਦਰ ਸਿੰਘ ਰੰਧਾਵਾ ਗੱਲਬਾਤ ਕਰਦੇ ਆ। ਅੱਜ ਰੋਡ ਸ਼ੋਅ ਤੇ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਕਾਂਗਰਸੀ ਨੌਜਵਾਨ ਨੇ, ਬਜ਼ੁਰਗ ਨੇ, ਹੋਰ ਵੀ ਕਾਫੀ ਜਿਹੜੇ ਵਰਕਰ ਨੇ, ਸਾਰੇ ਰੋਡ ਸ਼ੋਅ ਨੂੰ ਕਿਸ ਤਰ੍ਹਾਂ ਦੇਖਦੇ ਜੀ? ਪਾਠ ਸਾਹਿਬ, ਮੈਂ ਸਮਝਦਾ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਤੇ ਉਸੇ ਬਖਸ਼ੇ ਸਦਕਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਦੀ ਜਨਤਾ ਪਹਿਲਾਂ ਵਾਂਗੂ ਹੀ ਸਰਦਾਰ ਸੰਤੋਖ ਸਿੰਘ ਰੰਧਾਵਾ ਸਾਹਿਬ ਦੇ ਵੱਡੇ ਰੰਧਾਵਾ ਸਾਹਿਬ ਦੇ ਸਮੇਂ ਤੋਂ ਲੈ ਕੇ ਜਿੰਨਾ ਸਾਨੂੰ ਇਹਨਾਂ ਨੇ ਪਿਆਰ ਕੀਤਾ, ਮੈਂ ਸਮਝਦਾ ਕਿ ਉਹਦਾ ਫਲਸਰੂਪ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਪਾਠ ਸਾਹਿਬ, ਇਹ ਜਿਹੜੀ ਬਾਈ ਇਲੈਕਸ਼ਨ ਹੈ, ਮੈਂ ਫਿਰ ਬੋਲਦਾ, ਇਹ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਪੰਜਾਬ ਨੂੰ ਬਚਾ ਲਈਏ, ਅਤੇ ਪੰਜਾਬ ਬਚਣਾ ਤਾਂ ਹੈ ਕਿ ਜੇ ਝੂਠਿਆਂ ਦੀ, ਫਰੇਬੀਆਂ ਦੀ, ਲੋਟੂ ਟੋਲੇ ਨੂੰ ਅਸੀਂ ਜੇ ਕਿਸੇ ਹਿਸਾਬ ਨਾਲ ਨੂੰ ਵਿਰਾਮ ਲਾਈਏ। ਇਹਨਾਂ ਦਾ ਦਾਅ ਲੱਗਿਆ, ਇਹ 92 ਆ ਗਏ, ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹੋ ਜਿਹਾ ਹਾਲ ਕਰ ਦਿੱਤਾ ਪੰਜਾਬ ਦਾ ਕਿ ਕੋਈ ਵੀ ਵਰਗ ਇਸ ਵੇਲੇ ਖੁਸ਼ ਨਹੀਂ ਹੈਗਾ। ਉਹਦਾ ਵਿਰਾਮ ਲਾਉਣ ਦੇ ਲਈ ਇੱਕ ਜ਼ਰੀਆ ਮਿਲਿਆ ਡੇਰੇ ਵਾਲਿਆਂ ਨੂੰ,
ਤੇ ਡੇਰਾ ਬਾਬਾ ਨਾਨਕ ਤੁਸੀਂ ਸਾਰੇ ਵੇਖ ਸਕਦੇ ਹੋ ਕਿ ਬਾਈ ਇਲੈਕਸ਼ਨ ਜਿਹੜੀ ਆ ਉਹ ਬਾਈ ਇਲੈਕਸ਼ਨ ਨਾ ਰਹਿ ਕੇ ਇੱਕ ਅਖੀਰਲੀ ਜਿਹੜੀ ਹੈਗੀ ਆ ਇਹਨਾਂ ਦੀ ਕਬਰ 'ਚ ਕਿੱਲ ਦਾ ਕੰਮ ਕਰੇਗੀ, ਜਿਹਨਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਲੀਹ ਰੱਖੀ ਜਾਵੇ।